ਇੱਦਾਂ ਵੀ ਸਾਡੇ ਇੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਤਲਵੰਡੀ ਚੌਧਰੀਆਂ, ਅਸੀਂ ਉੱਥੋਂ ਵਾਪਸ ਆਉਂਦੇ ਪਏ ਸੀ ਪਿੰਡ ਨੂੰ ਆਪਦੇ, ਅਤੇ ਦੋ ਜਾਣੇ ਮੋਟਰਸਾਈਕਲ 'ਤੇ ਬਾਈਕ 'ਤੇ ਮਗਰੋਂ ਆਏ ਆ, ਮੇਰੀ ਵਾਈਫ ਮਗਰ ਬੈਠੀ ਸੀਗੀ। ਪਹਿਲਾਂ ਉਹਨਾਂ ਨੇ ਇੱਕ ਵਾਲੀ ਖਿੱਚੀ ਆ ਬੇਰ ਸਾਹਿਬ ਗੁਰਦੁਆਰੇ ਦੇ ਲਾਗੇ ਆਣ ਕੇ, ਮੁੜ ਕੇ ਜਦੋਂ ਦੂਜੀ ਖਿੱਚੀ ਆ ਤਾਂ ਕੰਨ ਵੀ ਉਹਨਾਂ ਦਾ ਯਾਨੀ ਕਿ ਨਾਲ ਹੀ ਸਾਰਾ ਪਾਟ ਗਿਆ ਵੀ, ਉਹ ਥੱਲੇ ਡਿੱਗ ਗਿਆ ਮੋਟਰਸਾਈਕਲ ਤੋਂ। ਇਟਲੀ ਤੋਂ ਆਇਆ ਸੀ। ਹੁਣ ਭਗਵੰਤ ਮਾਨ ਸਰਕਾਰ ਕਿੱਥੇ ਸੁੱਤੀ ਪਈ ਹੈ ਇਸ ਟਾਈਮ ਦੇ ਵਿੱਚ, ਜੋ ਦਿਨ ਦਿਹਾੜੇ ਚੋਰੀ ਹੋ ਰਹੀ ਆ, ਪੁਲਿਸ ਵਾਲਿਆਂ ਨੂੰ ਫੋਨ ਕਰਦੇ ਹੋ ਕਹਿੰਦੇ ਥਾਣੇ ਆਓ, ਹੁਣ ਅਸੀਂ ਥਾਣੇ ਜਾਈਏ ਕਿ ਪੁਲਿਸ ਵਾਲਿਆਂ ਦਾ ਇੱਥੇ ਆਉਣਾ ਬਣਦਾ ਹੈ, ਇਹਨਾਂ ਨੂੰ ਸਾਬੀ ਜਾਈ ਥਾਣੇ ਜਾਈਏ। ਸੱਟ ਲੱਗੀ, ਬਹੁਤ ਜ਼ਿਆਦਾ ਸੱਟ ਲੱਗੀ ਆ ਜੀ। ਹਾਂਜੀ, ਮੇਰਾ ਨਾਂ ਹੈਗਾ ਜਗਮੀਤ ਸਿੰਘ, ਮੈਂ ਹੈਗਾ ਤਲਵੰਡੀ ਚੌਧਰੀਆਂ ਰਹਿਣ ਵਾਲਾ ਜੀ। ਸਾਡੇ ਸੀ ਪ੍ਰੋਗਰਾਮ, ਹੁਣ 10 ਮਿੰਟ ਪਹਿਲਾਂ ਸਾਡੇ ਮਾਸੀ ਹੁਣੀ ਇੱਥੋਂ ਨਿਕਲੇ ਆ, ਸੁਲਤਾਨਪੁਰ ਪਹੁੰਚੇ ਆ। ਸੁਲਤਾਨਪੁਰ ਪਹੁੰਚਦੇ ਆ ਸਾਰੇ ਮੂੰਹ ਪੱਲੇ ਵਾਲੇ, ਦੋ ਜਣੇ ਮੋਟਰਸਾਈਕਲ 'ਤੇ ਲੱਤ ਮਾਰੀ, ਮੋਟਰਸਾਈਕਲ ਸੁੱਟ ਗਏ ਆ, ਸੁੱਟ ਕੇ ਵਾਲੀਆਂ ਲਾ ਕੇ ਭੱਜ ਗਏ ਆ। ਵਾਲੀਆਂ ਦਾ ਕੋਈ ਚੱਕਰ ਨਹੀਂ ਗਾ, ਹੁਣ ਨੁਕਸਾਨ ਹੋਣ ਬਚ ਗਿਆ, ਮੰਨ ਲਓ ਜੇ ਕੋਈ ਜਾਨੀ ਨੁਕਸਾਨ ਹੁੰਦਾ ਫੇਰ। ਵੋਟਾਂ ਵੇਲੇ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਅਸੀਂ ਇੱਦਾਂ ਕਰ ਦਾਂਗੇ ਉਹ ਕਰ ਦਾਂਗੇ, ਥਾਣੇ ਦੇ ਨੇੜੇ ਸੁਲਤਾਨਪੁਰ ਲੋਧੀ ਦੇ ਕੋਲੋਂ ਚੋਰ ਇਹ ਕਰ ਹਾਸਾ ਕਰ ਗਿਆ, ਤਾਂ ਗਾਹ ਕੀ ਹੋ ਸਕਦਾ, ਤੁਸੀਂ ਆਦ ਲਾ ਸਾਹ ਲਾ ਲਓ ਦੂਰ, ਪਿੰਡਾਂ ਵਿੱਚ ਕੀ ਹੋ ਸਕਦਾ ਵਾ, ਕੀ ਆਵਾਂਗੇ ਇੱਥੇ ਅਸੀਂ NRI ਕੀ ਆਵਾਂਗੇ ਇੱਥੇ, ਆ ਕੇ ਕੀ ਕਰਾਂਗੇ ਜਿੱਥੇ ਦਿਨ ਦੇ ਮਤਲਬ 3 ਵਜੇ ਹੋਣ, ਦੁਪਹਿਰਾਂ ਦੇ 3 ਵਜੇ ਹੋਣ, ਦੁਪਹਿਰਾਂ ਦੇ 3 ਵਜੇ ਆ ਕੇ ਕੋਈ ਚੋਰੀ ਕਰਕੇ ਭੱਜ ਜਾਂਦੇ ਆ ਗਏ, ਅਤੇ ਕੋਈ ਉੱਥੇ ਕੋਈ ਹੈ ਚੱਕਰ ਥੋੜ੍ਹੋ, ਕੋਈ ਮੰਨ ਲਓ ਵੀ ਬੰਦੇ ਦਾ ਕੋਈ ਆਪਦਾ ਨਿਕਲ ਸੁੱਟ ਸਕਦਾ ਬਾਹਰ, ਕੋਈ ਡਰ ਵਾ 24 ਘੰਟੇ, ਇਹ ਰਾਤ ਨੂੰ ਕੀ ਬਾਹਰ ਨਿਕਲਣਾ, ਇੱਥੇ ਦਿਨੇ ਨਹੀਂ ਬਾਹਰ ਨਿਕਲ ਹੋ ਰਿਹਾ, ਦੁਪਹਿਰ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ, ਦਿਨ ਦਿਹਾੜੇ ਮੋਟਰਸਾਈਕਲ 'ਤੇ ਜਾ ਰਹੇ ਆ, ਚੋਰ ਆਏ ਆ, ਲੱਤ ਮਾਰੀ ਆ, ਡਿੱਗ ਪਏ ਆ, ਵਾਲੀਆਂ ਲਾਈਆਂ ਵਾ, ਉਹ ਅੰਦਰ ਜਾ ਕੇ ਦੇਖ ਲਓ ਕੀ ਹਾਲ ਹੋਇਆ ਪਿਆ ਉਹ ਜਨਾਨੀ ਦਾ। ਹੁਣ ਹਸਪੀਟਲ ਪਹੁੰਚੇ ਹੋਏ, ਹਾਲੇ ਤੱਕ ਕੋਈ ਪੁਲਿਸ ਮੁਲਾਜ਼ਮ ਕੋਈ ਪੁੱਛ ਨਹੀਂ ਪਹੁੰਚਿਆ। ਰਗੜ ਲੱਗੀ ਵੀ ਮੈਂ ਥਾਣੇ ਫੋਨ ਕੀਤਾ ਵਾ, ਮੁਲਾਜ਼ਮ ਕਹਿੰਦੇ ਥਾਣੇ ਆਣ ਕੇ ਰਿਪੋਰਟ ਲਿਖਾਓ, ਐਕਸੀਡੈਂਟ ਹੋਇਆ ਉਹਨਾਂ ਰੋਣਾ ਬਣਦਾ ਵਾ ਕਿ ਅਸੀਂ ਥਾਣੇ ਜਾ ਕੇ ਰਿਪੋਰਟ ਲਿਖਾਉਣੀ ਆ, ਇਹ ਕਾਨੂੰਨ ਆ ਇੱਥੋਂ ਇੰਡੀਆ ਦਾ। ਹੁਣ ਭਗਵੰਤ ਮਾਨ ਸਰਕਾਰ ਕਿੱਥੇ ਸੁੱਤੀ ਹੋਈ ਆ? ਵਾਲੀਆਂ ਲਾ ਕੇ ਲੈ ਗਏ, ਕਿਹੜੀ ਕੰਟਰੀ ਤੋਂ ਆਏ? ਇਟਲੀ ਤੋਂ ਆਏ ਅਸੀਂ। ਹੁਣ ਭਗਵੰਤ ਮਾਨ ਸਰਕਾਰ ਕਿੱਥੇ ਸੁੱਤੀ ਪਈ ਹੈ ਇਸ ਟਾਈਮ ਦੇ ਵਿੱਚ, ਜੋ ਦਿਨ ਦਿਹਾੜੇ ਚੋਰੀ ਹੋ ਰਹੀ ਆ, ਪੁਲਿਸ ਵਾਲਿਆਂ ਨੂੰ ਫੋਨ ਕਰਦੇ ਹੋ ਕਹਿੰਦੇ ਥਾਣੇ ਆਓ, ਹੁਣ ਅਸੀਂ ਥਾਣੇ ਜਾਈਏ ਕਿ ਪੁਲਿਸ ਵਾਲਿਆਂ ਦਾ ਇੱਥੇ ਆਉਣਾ ਬਣਦਾ ਹੈ, ਇਹਨਾਂ ਨੂੰ ਸਾਬੀ ਜਾਈ ਥਾਣੇ ਜਾਈਏ, ਠੀਕ ਨੀ? ਕੋਈ ਨਸ਼ੇ ਤੇ ਰੋਕ ਲੱਗੀ ਹੋਵੇ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ, ਨਸ਼ੇ ਤੇ ਰੋਕ ਲੱਗੀ ਹੋਵੇ ਤਾਂ ਵੀ ਨਾ ਚੋਰੀਆਂ ਹੋਣ, ਜਦ ਖੁੱਲੇ ਸ਼ਰਿਆਂ ਨਸ਼ਾ ਮਿਲਦਾ ਜਦੋਂ ਤੇ ਆਏ ਤੇ ਹਰੇਕ ਚੀਜ਼ ਮਿਲਦੀ ਆ, ਕੀ ਚੀਜ਼ ਨਹੀਂ ਮਿਲਦੀ, ਹਰੇਕ ਚੀਜ਼ ਮਿਲਦੀ ਆ, ਨਸ਼ੇ ਪੱਤੇ ਤੋੜ ਦੇ ਵਿੱਚ ਆ ਕੇ ਅਗਲੇ ਚੋਰੀਆਂ ਕਰਨ ਰਹੇ ਆ, ਅਗਲੇ ਲੱਤ ਮਾਰਦੇ ਆ, ਸੁੱਟ ਕੇ ਮੋਟਰਸਾਈਕਲ ਤੇ ਤੁਰੇ ਜਾਂਦੇ, ਬੀਬੀਆਂ ਨੂੰ ਲੁੱਟ ਕੇ ਲੈ ਜਾਂਦੇ ਆ, ਕੀ ਕਰੂਗਾ ਬੰਦਾ ਇੱਥੇ ਬਾਹਰ ਨਿਕਲ ਕੇ? ਮਤਲਬ ਪਹਿਲਾਂ ਹੁੰਦਾ ਸੀਗਾ ਜਿਹੜਾ ਕਿ ਨਸ਼ਾ ਵੇਚਦਾ ਨਾ ਉਹਨੂੰ ਫੜਦੇ ਸੀਗੇ, ਹੁਣ ਜਿਹੜਾ ਨਸ਼ਾ ਵੇਚਦਾ ਰੋਕਦਾ ਵਾ ਉਹਨੂੰ ਚੱਕ ਕੇ ਅੰਦਰ ਮਾਰਦੇ ਆ, ਠੀਕ ਨੀ ਜੀ? ਉਹ ਭਾਨਾ ਸਿੱਧੂ ਕਿੱਦਾਂ ਅੰਦਰ ਮਾਰਿਆ ਵਾ ਚੱਕ ਕੇ, ਕਿਉਂ ਉਹ ਸੱਚਾ ਸੀਗਾ ਬੰਦਾ, ਸੱਚੇ ਬੰਦੇ ਨੂੰ ਅੰਦਰ ਮਾਰਦੇ ਆ, ਜਿਹੜੇ ਝੂਠੇ ਬੰਦੇ ਆ ਉਹਨਾਂ ਨੂੰ ਬਾਹਰ ਸ਼ਰਿਆ ਵੀ ਛੱਡਦੇ ਆ। ਹੁਣ ਪੁਲਿਸ ਮੁਲਾਜ਼ਮਾਂ ਦਾ ਬਣਦਾ ਇੱਥੇ ਆ ਕੇ, ਜਦੋਂ ਅਸੀਂ ਫੋਨ ਕੀਤਾ ਵਾ ਉਹਨਾਂ ਦਾ ਫਰਜ਼ ਬਣਦਾ ਇੱਥੇ ਆਉਣ, ਉਹ ਅੱਗੇ ਉਹ ਕਹਿੰਦੇ ਇੱਥੇ ਆਓ ਉੱਥੇ ਜਾਵਾਂਗੇ 1000-2000 ਰੁਪਈਆ ਉਹਨਾਂ ਨੂੰ ਦੇ ਕੇ ਆਵਾਂਗੇ, ਕਈ ਵਾਲੀਆਂ ਲਵਾਣਗੇ ਕਾਢੇ, ਮੰਨ ਲਓ ਜਾਣ ਤੋਂ ਮਹਾ ਜਾਣ ਬਚੀ ਆ, ਤੇ ਇੱਕ ਅਸੀਂ ਉਹਨਾਂ ਨੂੰ ਪੈਸੇ ਚੜਾ ਉੱਥੇ ਚੜਾ ਗਈ, ਪੁਲਿਸ ਮੁਲਾਜ਼ਮਾਂ ਦਾ ਬਣਦਾ ਜਦੋਂ ਫੋਨ ਕੀਤਾ ਮੌਕੇ ਤੇ ਹਾਜ਼ਰ ਹੋਣ, ਇੱਥੇ ਕੋਈ ਹਾਜ਼ਰ ਹੋਣ ਦਾ ਨਾ ਹੀ ਨਹੀਂ, ਜੇ ਨਹੀਂ ਤਾਂ ਅਸੀਂ ਮੰਨ ਲਓ ਅਸੀਂ ਸੁਲਤਾਨਪੁਰ ਦੀ ਪੁਲਿਸ ਦੇ ਖਿਲਾਫ਼ ਵੀ ਅਸੀਂ ਜਾ ਕੇ SSP ਕੋਲ ਜਾ ਕੇ ਉੱਪਰ ਜਾ ਕੇ ਇਹਨਾਂ ਦੇ ਖਿਲਾਫ਼ ਵੀ ਅਸੀਂ ਕਾਰਵਾਈ ਦੀ ਮੰਗ ਕਰਾਂਗੇ, ਜੇ ਮੰਨ ਲਓ ਕੋਈ ਮੌਕੇ ਤੇ ਨਹੀਂ ਪਹੁੰਚਿਆ। ਸੁਲਤਾਨਪੁਰ ਕਿੱਡਾ ਸ਼ਹਿਰ ਆ, ਜੇ ਸ਼ਹਿਰ ਦੇ ਵਿੱਚ ਨਹੀਂ ਮੁਲਾਜ਼ਮ ਆ ਰਹੇ ਤੇ ਨਾਲ ਦੇ ਪਿੰਡ 'ਚ ਕੋਈ ਕਾਰਨਾਮਾ ਹੋ ਜਾਏ ਤਾਂ ਉੱਥੇ ਕਿੱਥੇ ਜਾਣਗੇ? ਦੇਖੋ ਮੈਂ 112 ਦੇ ਐਮਰਜੈਂਸੀ ਕਾਲ ਕਰ ਰਿਹਾ ਵਾਂ, ਬਿਜ਼ੀ ਆ ਰਿਹਾ ਵਾ, ਕਿੱਧਰ ਜਾਈਏ? 112 ਦੇ ਕਾਲ ਕਰ ਰਿਹਾ, ਬਿਜ਼ੀ ਆ ਰਿਹਾ ਵਾ, ਠੀਕ ਨਾ ਜੀ? ਫੇਰ ਮੰਨ ਲਓ ਜੇ ਅਸੀਂ ਕਿਸੇ ਨੂੰ ਮਾਰ ਦਿੱਤਾ, ਜੇ ਮੰਨ ਲਓ ਅਸੀਂ ਕਿਸੇ ਨੂੰ ਮਾਰਤਾ, ਸਾਡੇ ਘਰੇ ਮਿੰਟ 'ਚ ਪੁਲਿਸ ਪਹੁੰਚ ਜਾਣੀ ਆ, ਸਾਨੂੰ ਚੱਕਣ ਨੇ 1 ਮਿੰਟ ਨਹੀਂ ਲਾਉਣਾ ਪੁਲਿਸ ਨੇ, ਉੱਥੇ ਸਰਕਾਰਾਂ ਨੇ ਬਹਿੰਦੇ ਚੱਕ ਲੈਣਾ ਵਾ। 112 ਕੋਈ ਮੁਲਾਜ਼ਮ ਨਹੀਂ ਆ ਰਿਹਾ, ਕੋਈ ਐਮਰਜੈਂਸੀ ਕਾਲ ਨਹੀਂ ਲੱਗ ਰਹੀ, ਕਿੱਧਰ ਜਾਈਏ?
ਚੋਰ ਆਏ ਆ ਵਾਲੀ ਲਾ ਕੇ ਚੱਲ ਗਏ, ਅਗਲੇ ਸੱਟ ਪੇਟ ਲੱਗੀ ਅੰਦਰ ਪਏ ਆ। ਭਾਈ ਮੇਰਾ ਨਾਂ ਰਜਿੰਦਰਪਾਲ ਸਿੰਘ ਆ, ਪਿੰਡ ਆਪਣਾ ਸ਼ੇਖੇ ਵਾਲਾ, ਜ਼ਿਲ੍ਹਾ ਜਲੰਧਰ, ਤਹਿਸੀਲ ਸ਼ਾਹਕੋਟ ਆ ਜੀ। ਤੇ ਘਟਨਾ ਭਾਈ ਏਦਾਂ ਵੀ, ਸਾਡੇ ਇੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਤਲਵੰਡੀ ਚੌਧਰੀਆਂ, ਅਸੀਂ ਉੱਥੋਂ ਵਾਪਸ ਆਉਂਦੇ ਪਏ ਸੀ ਪਿੰਡ ਨੂੰ ਆਪਦੇ, ਤੇ ਦੋ ਜਾਣੇ ਮੋਟਰਸਾਈਕਲ ਤੇ ਬਾਈਕ ਤੇ ਮਗਰੋਂ ਆਏ ਆ, ਮੇਰੀ ਵਾਈਫ ਮਗਰ ਬੈਠੀ ਸੀਗੀ। ਪਹਿਲਾਂ ਉਹਨਾਂ ਨੇ ਇੱਕ ਵਾਲੀ ਖਿੱਚੀ ਆ ਬੇਰ ਸਾਹਿਬ ਗੁਰਦੁਆਰੇ ਦੇ ਲਾਗੇ ਆਣ ਕੇ, ਮੁੜ ਕੇ ਜਦੋਂ ਦੂਜੀ ਖਿੱਚੀ ਆ ਤਾਂ ਕੰਨ ਵੀ ਉਹਨਾਂ ਦਾ ਯਾਨੀ ਕਿ ਨਾਲ ਹੀ ਸਾਰਾ ਪਾਟ ਗਿਆ ਵੀ, ਉਹ ਥੱਲੇ ਡਿੱਗ ਗਿਆ ਮੋਟਰਸਾਈਕਲ ਤੋਂ। ਸੱਟ ਲੱਗੀ ਬਹੁਤ ਜ਼ਿਆਦਾ, ਸੱਟ ਲੱਗੀ ਆ ਜੀ, ਮੋਟਰਸਾਈਕਲ ਭਜਾ ਕੇ ਨਿਕਲ ਗਿਆ। ਥਾਣੇ ਦੇ ਕਰੀਬ ਹੀ ਆ, ਮੇਰੇ ਕੋਲ ਮੇਰੇ ਹਿਸਾਬ ਨਾਲ ਬਿਲਕੁਲ ਲੱਗੇ ਹੀ ਆ, ਚੌਂਕੀ ਦੇ ਉੱਤੇ ਦੋ ਜਾਣੇ ਸੀ ਭਾਜੀ। ਨਹੀਂ ਦੇਖੇ ਨੀ ਭਾਈ, ਜਿੱਦਾਂ ਆਪਦੇ ਘਰ ਦੇ ਡਿੱਗ ਗਿਆ, ਉਹਨਾਂ ਨੂੰ ਸੰਭਾਲਣ ਲੱਗ ਗਿਆ ਵੀ ਮੋਟਰਸਾਈਕਲ ਵੱਲ ਕੀ ਧਿਆਨ ਜਾਣਾ ਸੀ। ਮੇਰੇ ਹਿਸਾਬ ਨਾਲ ਸਪਲੈਂਡਰ ਤੇ ਸੀਗੇ, ਸ਼ਾਇਦ ਮੂੰਹ ਬੰਨੇ ਹੋਏ ਸੀ ਲੱਗਦਾ। ਨੰਬਰ ਪਲੇਟ ਭਾਈ ਜਿੱਦਾਂ ਘਰ ਦੇ ਡਿੱਗ ਗਿਆ ਮੋਟਰਸਾਈਕਲ ਵੱਲ ਕੀ ਦੇਖਣਾ ਸੀਗਾ, ਕੋਈ ਇਨਸਾਫ ਹੀ ਆ ਸਰਕਾਰ ਦਵਾ ਦੇਵੇ, ਨਹੀਂ ਤਾਂ ਉਹਨਾਂ ਦਾ ਕੋਈ ਆਸ ਹੁੰਦੀ ਨੀ ਗੀ, ਆਪਾਂ ਨੂੰ ਪਤਾ ਹੀ ਆ ਕਿਹੜਾ ਕਿਸੇ ਨੂੰ ਮਿਲਦਾ ਕੁਛ ਇਨਸਾਫ। ਸਾਨੂੰ ਇਨਫੋਰਮੇਸ਼ਨ ਨੀ ਮਿਲੀ, ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਵੇਲੇ ਵਿਦ ਇਨ 5 ਮਿੰਟ ਅਸੀਂ ਇੱਥੇ ਆ ਗਏ ਮੌਕੇ ਤੇ। ਪਹਿਲਾਂ ਜਿਹੜਾ ਨੰਬਰ ਲਾਇਆ ਮੈਂ ਚੈੱਕ ਕੀਤਾ ਉਹਨਾਂ ਦਾ, ਉਹ ਨੰਬਰ ਸਾਡੇ ਥਾਣੇ ਦਾ ਨਹੀਂ ਸੀ ਨੰਬਰ ਹੈਗਾ ਜੀ। ਮੈਂ ਕਿਹਾ ਜੀ ਉਹ, ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ, ਉਹ ਜਿਹੜਾ ਨੰਬਰ ਚੈੱਕ ਕੀਤਾ ਗਿਆ ਉਹ ਸਾਡੇ ਥਾਣੇ ਦਾ ਨੰਬਰ ਨਹੀਂ ਸੀ ਹੈਗਾ। ਉਹਨਾਂ ਨੇ 112 ਤੇ ਕਿਤੇ ਕਾਲ ਕੀਤੀ, ਪਰ ਉਹ 12 ਦਾ ਨੰਬਰ ਬਿਜ਼ੀ ਆਨ ਕਰਕੇ ਉਹ ਸਾਨੂੰ ਇਨਫੋਰਮ ਨਹੀਂ ਹੋਇਆ ਜੀ। ਜਿਵੇਂ 112 ਨੰਬਰ ਨਹੀਂ, ਦੇਖੋ ਜੀ ਉਹ ਸਾਡੇ ਨੰਬਰ ਬਿਲਕੁਲ ਡਿਸਪਲੇ ਆ ਜੀ, ਜਿਹੜੇ ਥਾਣੇ ਦੇ ਨੰਬਰ ਲੱਗੇ ਪਏ ਸਾਰੇ ਬੋਰਡਾਂ ਤੇ ਲੱਗੇ ਪਏ ਆ, ਉਹ ਕੋਈ ਵੀ ਕਿਸੇ ਵੇਲੇ ਉਹ ਬੋਰਡ ਦੇਖ ਕੇ ਵੀ ਸਾਨੂੰ ਕਾਲ ਕਰ ਸਕਦਾ। ਕਾਰਵਾਈ ਤੁਰੰਤ ਹੋਏਗੀ ਜੀ, ਇਹ ਵੀ ਅਸੀਂ ਕਾਰਵਾਈ ਤੁਰੰਤ ਕਰ ਰਹੇ ਹਾਂ ਜੀ। ਇਹ 380B ਦਾ ਪਰਚਾ ਦਰਜ ਕਰ ਰਹੇ ਜੀ। ਹਾਂਜੀ ਚੈੱਕ ਕਰ ਲਾਂਗੇ ਜੀ, ਅਸੀਂ ਹੁਣ ਉਹਨਾਂ ਦੀ ਸਟੇਟਮੈਂਟ ਲੈ ਲਈ ਆ ਤੇ ਟਾਈਮਿੰਗ ਸਰ। ਦੇਖੋ ਮੈਂ ਜਸਟਲੀ ਨਿਊਲੀ ਜੇ ਤੁਹਾਡੇ ਕੋਲ ਆਇਆ ਜੀ, ਪਹਿਲਾਂ ਤਾਂ ਮੈਨੂੰ ਨਹੀਂ ਪਤਾ, ਪਰ ਇਸ ਤੋਂ ਹੁਣ ਤੁਸੀਂ ਆਪ ਹੀ ਦੇਖੋਗੇ ਫਰਕ ਪਏਗਾ ਜੀ ਬਹੁਤ ਜ਼ਿਆਦਾ। ਸਰ ਇੱਕ ਹੋਰ, ਜਿਹੜੇ ਅੱਜ ਜਨਾਨੀ ਜਿਹੜੀ ਮਰੀ ਆ